ਸਤਿਗੁਰ ਕੀ ਸੇਵਾ ਸਫਲ ਹੈ। ਗੁਰੂ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਨੂੰ 3 ਸਾਲ ਪਹਿਲਾਂ 1 ਅੱਖਾਂ ਦਾ ਹਸਪਤਾਲ ਸੈਕਟਰ 18 'ਚ ਬਖਸ਼ਿਆ ਸੀ, ਅਤੇ ਨਾਲ ਹੀ ਇੱਕ ਸੋਝੀ ਬਖਸ਼ੀ ਸੀ ਵੀ ਜਿਤਨੇ ਵੀ ਲੋੜਵੰਦ ਅਤੇ ਗਰੀਬ ਲੋਕ ਜੋ ਮਾਇਆ ਨਹੀਂ ਖਰਚ ਕਰ ਸਕਦੇ ਉਹਨਾਂ ਦੇ ਆਪਰੇਸ਼ਨ ਅੱਖਾਂ ਦੇ ਹਸਪਤਾਲ ਦੇ ਵਿੱਚ ਫ੍ਰੀ ਹੋਣੇ ਚਾਹੀਦੇ ਨੇ। ਅੱਜ ਦੇ ਦਿਨ ਤਕਰੀਬਨ ਹਰ ਮਹੀਨੇ 100 ਤੋਂ ਉੱਤੇ ਆਪਰੇਸ਼ਨ ਅੱਖਾਂ ਦੇ ਜੋ ਲੋੜਵੰਦਾਂ ਦੇ ਫ੍ਰੀ ਕੀਤੇ ਜਾ ਰਹੇ ਨੇ। ਕਾਫੀ ਵੱਡਾ ਹੋਸਪਿਟਲ ਹੈ, 6 ਡਾਕਟਰਸ ਆਈਜ਼ਦੇ ਨੇ, 200 ਤੋਂ ਉੱਤੇ ਰੋਜ਼ ਦੀ OPD ਹੈ, 200 ਤੋਂ ਉੱਤੇ ਮਹੀਨੇ ਦੇ 'ਚ ਆਪਰੇਸ਼ਨ ਹੁੰਦੇ ਨੇ। ਸਤਿਗੁਰਾਂ ਨੇ ਟੁੱਟ ਕੇ ਇਸ ਮਹੀਨੇ ਇੱਕ ਹੋਰ ਬੜੀ ਵੱਡੀ ਪਿਆਰੀ ਬਖਸ਼ਿਸ਼ ਕਿ ਜੋ ਅੱਖਾਂ ਦੇ ਆਪਰੇਸ਼ਨ ਅਸੀਂ ਲੋੜਵੰਦਾਂ ਦੇ ਉੱਥੇ ਸਤਿਗੁਰੂ ਕਰਾਉਂਦੇ ਸਨ, ਸਤਿਗੁਰਾਂ ਨੇ ਇੱਕ ਹੁਕਮ ਕਰਤਾ ਕਿ ਇਹ ਜਿਹੜੇ ਅੱਖਾਂ ਦੇ ਆਪਰੇਸ਼ਨ ਨੇ ਇਹਦਾ ਨਾਮ ਬਦਲ ਕੇ ਹੁਣ ਗੁਰੂ ਕਾ ਲੰਗਰ, ਅੱਖਾਂ ਦੇ ਆਪਰੇਸ਼ਨਾਂ ਦਾ ਇਹ ਗੁਰੂ ਦੇ ਲੰਗਰ ਉੱਥੇ ਹੁਣ ਸ਼ੁਰੂ ਹੋ ਚੁੱਕੇ ਨੇ, ਜਿਹਦੇ 'ਚ ਚਾਹੇ ਕੋਈ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਛੋਟਾ ਹੈ, ਚਾਹੇ ਵੱਡਾ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਉਹ ਉੱਥੇ ਆ ਕੇ ਸਿਰਫ ਉਹਨਾਂ ਨੇ ਰਿਸੈਪਸ਼ਨ 'ਤੇ ਸਿਰਫ ਇੰਨਾ ਕਹਿਣਾ ਕਿ ਅਸੀਂ ਗੁਰੂ ਦੇ ਲੰਗਰ 'ਚੋਂ ਆਪਰੇਸ਼ਨ ਕਰਾਉਣਾ, ਅਤੇ ਸ਼ੁਰੂ ਤੋਂ ਲੈ ਕੇ ਆਪਰੇਸ਼ਨ ਹੋਣ ਤੱਕ ਉਸ ਤੋਂ ਬਾਅਦ ਦੀਆਂ ਦਵਾਈਆਂ, ਕਾਲੀਆਂ ਐਨਕਾਂ, ਸਾਰਾ ਕੁਝ ਜਿਸ ਤਰ੍ਹਾਂ ਲੰਗਰ ਦੇ ਵਿੱਚ ਬਿਲਕੁਲ ਗੁਰੂ ਦੀ ਬਖਸ਼ਿਸ਼ ਨਾਲ ਲੰਗਰ ਵਰਤਾਇਆ ਜਾਂਦਾ, ਉਸ ਤਰ੍ਹਾਂ ਫ੍ਰੀ ਆਫ ਕੋਸਟ ਉੱਥੇ ਸ਼ੁਰੂ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਜਿਤਨੀ ਸੰਗਤ ਇੱਥੇ ਬੈਠੀ ਹੈ ਉਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਸਾਡਾ ਇੱਕ ਸੁਨੇਹਾ ਇਹ ਘਰ ਘਰ ਦੇ ਵਿੱਚ ਪਹੁੰਚਾਓ ਕਿ ਚੰਡੀਗੜ੍ਹ ਦੇ ਵਿੱਚ, ਦੁਨੀਆ ਦੇ ਵਿੱਚ ਇੱਕੋ ਇਹੋ ਜਿਹੀ ਜਗ੍ਹਾ ਹੈ ਜਿੱਥੇ ਅੱਖਾਂ ਦੇ ਆਪਰੇਸ਼ਨਾਂ ਦਾ ਲੰਗਰ ਸ਼ੁਰੂ ਹੋਇਆ। ਇੱਕ ਇੱਕ ਗੁਰਸਿੱਖ ਦੇ ਘਰ 'ਤੇ, ਇੱਕ ਇੱਕ ਘਰ ਦੇ ਵਿੱਚ ਸਾਡਾ ਸੁਨੇਹਾ ਲੱਗੇ ਕਿ ਜਿੱਥੇ ਕੋਈ ਲੋੜਵੰਦ, ਗਰੀਬ ਜਾਂ ਕੋਈ ਵੀ ਆਪਰੇਸ਼ਨ ਅੱਖਾਂ ਦਾ ਕਰਾਉਣਾ ਚਾਹੁੰਦਾ ਉਹ ਸਾਡੇ ਕੋਲ ਆਉਣ, ਇੰਡੀਆ ਦੇ ਜਿਹੜੇ ਮਰਜ਼ੀ ਕੋਨੇ 'ਚੋਂ ਆਉਣ, ਅਸੀਂ ਆਉਣ ਜਾਣ ਦਾ ਕਿਰਾਇਆ ਵੀ ਉਹਨਾਂ ਨੂੰ ਦੇਵਾਂਗੇ, ਇੱਥੇ ਰਹਿਣ ਦਾ ਖਰਚਾ ਵੀ ਉਹਨਾਂ ਦਾ ਕਰਾਂਗੇ, ਅਤੇ ਫੋਲਡੇਬਲ ਇੰਡੀਅਨ ਲੈਂਸ ਪਾ ਕੇ ਉਹਨਾਂ ਦਾ ਆਪਰੇਸ਼ਨ ਜਿਹੜਾ ਬਹੁਤ ਵਧੀਆ ਤਰੀਕੇ ਨਾਲ, ਜਿਹੜਾ ਸਤਿਗੁਰੂ ਦੇ ਬਖਸ਼ੇ ਹੋਏ ਲੰਗਰ ਦੇ ਵਿੱਚੋਂ ਕੀਤਾ ਜਾਏਗਾ। ਸਭ ਤੋਂ ਪਹਿਲਾਂ ਤਾਂ ਸਾਡਾ ਇੱਕ ਸੁਨੇਹਾ ਘਰ ਘਰ ਪਹੁੰਚਾਓ ਕਿ ਜਿੱਥੇ ਅਸੀਂ ਦੂਸਰੇ ਲੰਗਰ, ਆਪ ਜੀ ਦੇਖਦੇ ਹਾਂ ਕਿ ਜਿਵੇਂ ਕੀਰਤਨ ਦਰਬਾਰਾਂ ਦੇ ਸਮਾਗਮ ਹੁੰਦੇ, ਦੂਜੇ ਹੁੰਦੇ, ਅਸੀਂ ਇਸ਼ਤਿਹਾਰਾਂ 'ਤੇ ਦੇਖਦੇ ਹਾਂ ਜਲੇਬੀਆਂ, ਬ੍ਰੈਡ ਪਕੌੜਿਆਂ ਦੇ ਲੰਗਰ ਲੱਗਣਗੇ, ਮਿੱਠੇ ਚਾਵਲਾਂ ਦੇ ਲੰਗਰ ਲੱਗਣਗੇ। ਇੱਕ ਘਰ ਘਰ ਸੁਨੇਹਾ ਦਿਓ ਵੀ ਇੱਕ ਅੱਖਾਂ ਦਾ ਆਪਰੇਸ਼ਨ, ਵਿਲੱਖਣ ਸੇਵਾ ਸਤਿਗੁਰਾਂ ਨੇ ਸਿਰਫ ਦੁਨੀਆ 'ਚ ਇੱਕ ਚੰਡੀਗੜ੍ਹ ਦੇ ਵਿੱਚ ਆਪ ਜੀ ਦੇ ਸ਼ਹਿਰ 'ਚ ਬਖਸ਼ੀ। ਅਜੇ ਅਸੀਂ ਇਸ ਲੰਗਰ ਦਾ ਅਨਾਊਂਸ ਹੀ ਕੀਤਾ ਅਤੇ ਅਮੈਰੀਕਾ ਤੋਂ 1 ਕਰੋੜ ਦੀਆਂ ਮਸ਼ੀਨਾਂ ਸਾਨੂੰ ਅੱਖਾਂ ਦੇ ਆਪਰੇਸ਼ਨਾਂ ਦੀਆਂ ਗੁਰੂ ਸਾਹਿਬ ਨੇ ਪਹਿਲਾਂ ਹੀ ਭੇਜਤੀਆਂ ਹਨ। ਹੁਣ ਆਪ ਜੀ ਦੇ ਬਖਸ਼ੇ ਹੋਏ ਹਸਪਤਾਲ ਦੇ ਵਿੱਚ ਤਕਰੀਬਨ 3 ਕਰੋੜ ਦੀਆਂ ਅੱਖਾਂ ਦੀਆਂ ਮਸ਼ੀਨਾਂ ਉੱਥੇ ਲੱਗੀਆਂ ਹੋਈਆਂ ਹਨ। ਲੇਟੈਸਟ ਮਸ਼ੀਨਰੀ ਪੂਰੇ ਨੌਰਥ ਇੰਡੀਆ, ਜਿਹੜੀ 1 ਕਰੋੜ ਦੀ ਮਸ਼ੀਨ ਆਈ ਹੈ ਜਾਂ PGI 'ਚ ਨੌਰਥ ਇੰਡੀਆ 'ਚ ਜਾਂ ਆਪ ਜੀ ਦੇ ਬਖਸ਼ੇ ਹੋਏ ਹਸਪਤਾਲ ਦੇ ਵਿੱਚ। ਸੋ ਆਪ ਸਾਰਿਆਂ ਨੇ ਇਸ ਨਾਲ ਲੰਗਰਾਂ ਦੇ ਵਿੱਚ ਸੰਗਤਾਂ ਨੂੰ ਭੇਜਣਾ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਕੇ ਗੱਜ ਵੱਜ ਕੇ ਅਸੀਸ ਬਖਸ਼ੋ।